ਵੀ ਅੱਜ ਕੈਸੇ ਜੰਗਲ ਦੇ ਵਿੱਚ ਲੈ ਕੇ ਆਇਆ ਜਿਹਦੀ ਕੋਈ ਟਾਣੀ ਵੀ ਤੋੜ ਲੈਂਦਾ ਹੈ ਜਾਂ ਕੋਈ ਪੱਤਾ ਵੀ ਤੋੜ ਲੈਂਦਾ ਹੈ ਤਾਂ ਉਸ ਇਨਸਾਨ ਦੀ ਮੌਤ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ। ਉਹਲੇ ਵੀ ਦੱਸਦੇ ਮਾਤਾ ਜੀ ਕਿ ਉਹਨੇ ਕੱਟਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਬੰਦੇ ਦੀ ਮੌਤ ਹੋ ਗਈ। ਹਾਂ ਹੂੰ ਐਕਸੀਡੈਂਟ ਹੋ ਗਿਆ। ਹਾਂ ਐਕਸਟੈਂਟ ਹੋ ਜਾਂਦਾ। ਮੈਤੋ ਮੈਤੋ ਲੈ ਗਿਆ ਤਾ ਹਥਿਆਰ ਕੱਟਣ ਵਾਸਤੇ। ਮੈਂ ਆਣ ਕੇ ਟੋਕਿਆ ਉਹ ਮੈਂ ਕਿਹਾ ਵੀ ਨਹੀਂ ਤੈਂ ਬੇਟੇ ਆ ਕੰਮ ਨਹੀਂ ਕਰਨਾ ਹੈਗਾ ਇਹ ਬਾਬਾ ਜੀ ਦੇ ਅੰਗ ਪੈਰ ਹੈ ਕਹਿੰਦਾ ਮੈਂ ਕਿਹੜੇ ਘਰ ਲੈ ਜਾਣੇ ਜੀ ਮੈਂ ਇੱਥੇ ਹੀ ਸਿੱਟ ਦੇਣੇ ਆਂਗੇ ਚਲ ਬਾਬੇ ਦੇ ਥੱਲੇ ਹੀ ਸਿੱਟ ਦੇਣੇ ਕਹਿੰਦਾ ਮੈਂ ਯਾਨੀ ਜਿੱਦੇ ਦੇ ਵਿੱਚ ਕੜੀ ਦੇ ਵਿੱਚ ਕੰਮ ਇੱਕ ਇੱਕ ਮਹੀਨਾ ਨਹੀਂ ਪਿਆ ਹੈਗਾ ਅੱਜ ਹਾਲਾਤ ਵੀ ਨਹੀਂ ਦੇਖਣ ਯੋਗ ਜੀ ਜਾਰੇ ਬਿਚਾਰੇ ਹਾਂ ਜੀ ਤੁਹਾਡੀਆਂ ਜਮੀਨਾਂ ਦੇ ਆਲੇ ਦੁਆਲੇ ਨੇ ਨੇੜੀ ਨਹੀਂ ਜਾਂ ਇਹ ਜਮੀਨ ਵੀ ਤੁਹਾਡੀ ਇਹ ਜਮੀਨ ਸਾਡੀ ਉਥੇ ਛੜਤੀ ਹੈ ਕਿਆ ਕਰੀਏ ਫਿਰ ਛੱਡਣੀ ਪੈਂਦੀ ਹੈ ਬੇਟੇ ਤੇ ਤੁਹਾਡਾ ਪਰਿਵਾਰ ਵੀ ਇਹੀ ਵੱਧ ਫੁੱਲ ਰਿਹਾ ਜਿਵੇਂ ਜੰਗਲ ਦਾ ਹੋ ਰੇ ਸਾਡੇ ਪਰਿਵਾਰ ਵਿੱਚੋਂ ਇਹੀ ਆ ਬਾਬਾ ਜੀ ਅੱਛਾ ਇਹ ਦੇਵਰ ਲੱਗਦਾ ਮੇਰੇ ਜਿਹੜਾ ਇਹ ਮੇਰੇ ਪਿੱਛੇ ਤੁਸੀਂ ਖੂ ਦੇਖ ਰਹੇ ਹੋ ਨਾ ਇਹ ਖੂ ਉਹ ਹੈ ਇੱਕ ਕਿਸਾਨ ਦਾ ਖੂਹ ਸੀਗਾ ਜਿਵੇਂ ਪਿੰਡ ਦੇ ਵਿੱਚ ਮਾਰਤਾ ਨਾ ਕਿ ਜਿੱਥੇ ਤੱਕ ਵੀ ਇਹ ਜੰਗਲ ਆਉਂਦਾ ਹੈ ਤਾਂ ਉੱਥੇ ਤੱਕ ਜ਼ਮੀਨ ਛੱਡਣੀ ਵੀ ਪੈਂਦੀ ਹੈ ਤਾਂ ਇਹ ਉਹ ਜੰਗਲ ਹੈ ਕਿਸਾਨ ਦਾ ਇਹ ਕਿਸਾਨ ਦੇ ਜੰਗਲ ਦੇ ਖੂਹ ਦੇ ਵਿੱਚ ਜੰਗਲ ਆ ਗਿਆ ਖੇਤ ਦੇ ਵਿੱਚ ਜੰਗਲ ਆ ਗਿਆ ਤਾਂ ਕਿਸਾਨ ਨੇ ਆਪਣਾ ਖੂਹ ਵੀ ਛੱਡਿਆ ਆਪਣੀ ਜ਼ਮੀਨ ਵੀ ਛੱਡੀ ਤੇ ਫਿਰ ਇਹ ਜੰਗਲ ਨੂੰ ਅੱਗੇ ਵਧਣ ਦਿੱਤਾ ਇਹ ਤਸਵੀਰਾਂ ਦੇਖ ਲਓ ਇੱਕ ਵਾਰ ਕਿ ਦਰਖਤ ਹੈ ਜਿਹੜਾ ਇਹ ਸਾਰਾ ਖੇਤ ਦੇ ਵਿੱਚ ਆਇਆ ਹੋਇਆ ਹੈ ਕਿਸਾਨ ਦੇ ਖੂਹ ਵੀ ਇੱਥੇ ਨਜ਼ਰ ਹੈ ਇੱਕ ਮਿਸਾਲ ਹੈ ਕਿਵੇਂ ਲੋਕ ਆਪਣੀ ਜ਼ਮੀਨ ਜਿਹੜੀ ਛੱਡ ਰਹੇ ਸਸਿਕਾਲ ਤੁਸੀਂ ਦੇਖ ਰਹੇ ਹੋ ਸਫਰ ਟੀਵੀ ਅੱਜ ਇੱਕ ਐਸੇ ਜੰਗਲ ਦੇ ਵਿੱਚ ਲੈ ਕੇ ਆਏ ਆ ਜਿਹਦੀ ਕੋਈ ਟਾਣੀ ਵੀ ਤੋੜ ਲੈਂਦਾ ਹੈ ਜਾਂ ਕੋਈ ਪੱਤਾ ਵੀ ਤੋੜ ਦਿੰਦਾ ਹੈ ਤਾਂ ਉਸ ਇਨਸਾਨ ਦੀ ਮੌਤ ਹੋ ਜਾਂਦੀ ਹੈ ਇਹ ਪਿੰਡ ਚੋਲਟੀ ਖੇੜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਹੈ ਇਹ ਜੰਗਲ ਹੈ ਜਿਹੜਾ ਜਿੱਥੇ ਅਸੀਂ ਖੜੇ ਆ ਇਹ 4 ਏਕੜ ਦੇ ਵਿੱਚ ਫੈਲਿਆ ਹੋਇਆ ਬਿਲਕੁਲ ਪੈਰ ਬਣੇ ਹੋਏ ਐ ਜਿਵੇਂ ਇੱਕ ਮਨੁੱਖ ਦੇ ਹੁੰਦੇ ਆ ਨਾ ਪੈਰਾਂ ਦੇ ਨਾਲ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਜੰਗਲ ਵਧ ਰਿਹਾ ਹੈ ਸਵਾਲ ਇਹ ਹੁਣ ਤੁਹਾਡੇ ਜ਼ਿਹਨ ਦੇ ਵਿੱਚ ਹੋਊਗਾ ਕਿ ਇਹਨੂੰ ਕੱਟਿਆ ਕਿਉਂ ਨਹੀਂ ਜਾਂਦਾ ਬਹੁਤ ਸਾਰੇ ਲੋਕਾਂ ਨੇ ਚੈਲੰਜ ਕੀਤਾ ਸੀ ਕਿ ਅਸੀਂ ਇਹ ਜੰਗਲ ਨੂੰ ਕਟਾਂਗੇ ਵਡਾਂਗੇ ਪਰ ਨਹੀਂ ਜਦੋਂ ਉਹਨਾਂ ਨੇ ਕਦਮ ਉਠਾਇਆ ਤਾਂ ਉਹ ਇਨਸਾਨ ਦੀ ਬਹੁਤ ਸਾਰੇ ਇਨਸਾਨਾਂ ਦੀ ਮੌਤ ਹੋ ਗਈ ਇਹ ਗੱਲ ਵੀ ਪਿੰਡ ਵਾਲੇ ਦੱਸਦੇ ਆ ਕਿ ਜਿਹੜਾ ਵੀ ਅੜੀ ਦੇ ਵਿੱਚ ਆ ਕੇ ਦਰਖਤ ਨੂੰ ਵੱਢਣ ਦੀ ਕੋਸ਼ਿਸ਼ ਕਰਦਾ ਹੈ ਜਾਂ ਇਹ ਜੰਗਲ ਨੂੰ ਵੱਢਣ ਦੀ ਕੋਸ਼ਿਸ਼ ਕਰਦਾ ਕਰਦਾ ਨਾ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਇੱਕ ਹੋਰ ਗੱਲ ਇਹਦੇ ਨਾਲ ਜੁੜਿਆ ਹੋਇਆ ਕਿੱਸਾ ਪਿੰਡ ਵਾਲੇ ਹੀ ਦੱਸਦੇ ਆ ਕਿ ਇੱਥੇ ਸਾਦ ਖੇਤ ਦੇ ਵਿੱਚ ਆ ਇੱਕ ਕਿਸਾਨ ਕੋਲੇ ਤੇ ਉਹ ਉਹਦੇ ਕੋਈ ਔਲਾਦ ਨਹੀਂ ਸੀ ਤੇ ਜਦੋਂ ਪਰਿਵਾਰ ਵਾਲਿਆਂ ਨੇ ਉਹਦੀ ਪੂਜਾ ਕੀਤੀ ਤਾਂ ਉਹਦੀ ਕਿਸਾਨ ਦੀ ਘਰ ਵਾਲੀ ਨੇ ਪੂਜਾ ਕੀਤੀ ਉਹਨਾਂ ਨੂੰ ਅਨ ਪਾਣੀ ਚਕਾਇਆ ਤਾਂ ਸਾਦ ਨੇ ਪੁੱਛਿਆ ਕਿ ਕੀ ਚਾਹੀਦਾ ਉਹਨਾਂ ਨੇ ਆਖਿਆ ਕਿ ਸਾਡੇ ਔਲਾਦ ਨਹੀਂ ਹੈਗੀ ਕਿਸਾਨ ਦੀ ਘਰ ਵਾਲੀ ਇਹ ਗੱਲ ਕਹਿੰਦੀ ਹੈ ਤਾਂ ਫਿਰ ਸਾਦ ਇੱਕ ਪਭੂਤੀ ਦੇ ਕੇ ਜਾਂਦੇ ਪਿੰਡ ਵਾਲੇ ਇਹ ਗੱਲ ਦੱਸਦੇ ਆ ਕਿ ਪਭੂਤੀ ਜਦੋਂ ਦੇ ਕੇ ਜਾਂਦੇ ਆ ਨਾ ਤਾਂ ਜਿਹੜਾ ਕਿਸਾਨ ਹੁੰਦਾ ਕਿਸਾਨ ਇਹ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਤਾਂ ਕਿਸਾਨ ਇਹ ਗੱਲ ਕਹਿੰਦਾ ਕਿ ਜਿੱਥੋਂ ਇਹ ਪਭੂਤੀ ਲੈ ਕੇ ਆਈਆਂ ਉੱਥੇ ਮੋੜ ਕੇ ਆ ਤਾਂ ਫੇਰ ਉਹ ਪਭੂਤੀ ਇੱਥੇ ਜਿੱਥੇ ਸਾਧਾ ਨੇ ਹਵਨ ਕੀਤਾ ਹੁੰਦਾ ਹੈ ਜਾਂ ਅੱਗ ਲਾਈ ਹੁੰਦੀ ਹੈ ਨਾ ਉਹਦੇ ਵਿੱਚ ਆ ਕੇ ਉਹਦੀ ਘਰ ਵਾਲੀ ਪਭੂਤੀ ਦੇਖਦੀ ਹੈ ਤੇ ਫੇਰ ਥੋੜੇ ਦਿਨ ਦੇਖਣ ਦੇ ਬਾਅਦ ਹੀ ਉੱਥੋਂ ਪਤਾ ਲੱਗਦਾ ਕਿ ਉੱਥੇ ਇੱਕ ਵੱਡਾ ਜੰਗਲ ਬਣ ਚੁੱਕਿਆ ਹੈ ਇਹ ਜੰਗਲ ਵੀ ਉਸ ਤਰੀਕੇ ਨਾਲ ਹੀ ਵਧਦਾ ਹੈ ਗੱਲਾਂ ਬਾਤਾਂ ਇਹ ਸੁਣਨ ਨੂੰ ਆਉਂਦੀਆਂ ਨੇ ਕਿ ਜਿਵੇਂ ਜਿਵੇਂ ਉਹ ਬੰਦੇ ਦਾ ਉਹ ਕਿਸਾਨ ਦਾ ਪਰਿਵਾਰ ਵਧਣਾ ਸੀ ਨਾ ਉਵੇਂ ਉਵੇਂ ਜੰਗਲ ਨੇ ਵਧਣਾ ਸੀ ਉਹਦੇ ਪਰਿਵਾਰ ਦੇ ਵਿੱਚ ਵਾਧਾ ਹੋਣਾ ਸੀ ਇਹ ਜੰਗਲ ਚੋਟੀ ਖੇੜੀ ਜ਼ਲਾ ਫਤੇਗੜ ਸਾਹ ਦਾ ਇਹ ਜੰਗਲ ਹੈ ਤੇ ਜਿਹੜਾ ਵੀ ਜਿਹੜੇ ਵੀ ਇੱਥੇ ਆਲੇ ਦੁਆਲੇ ਤੁਸੀਂ ਦੇਖੋਗੇ ਤਾਂ ਖੇਤ ਨਹੀਂ ਆਲੇ ਦੁਆਲੇ ਜਿਹੜੇ ਵੀ ਖੇਤ ਦੇ ਵਿੱਚ ਇਹ ਜਾਣ ਲੱਗਦਾ ਹੈ ਜੰਗਲ ਤਾਂ ਉਹ ਖੇਤ ਦਾ ਮਾਲਕ ਜ਼ਮੀਨ ਛੱਡ ਦਿੰਦਾ ਹੈ ਤੇ ਖੇਤ ਨੂੰ ਅੱਗੇ ਵਧਣ ਦੇਣ ਦੇ ਵਿੱਚ ਮਦਦ ਕਰਦਾ ਹੈ ਭਾਵੇਂ ਵਹਿਮ ਨੇ ਭਾਵੇਂ ਕੁਝ ਵੀ ਹੈ ਪਰ ਇਹ ਚੰਗੇ ਨੇ ਕਿਉਂਕਿ ਜੰਗਲਾਂ ਦਾ ਤੇ ਸਾਡੇ ਦਰਖਤਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ ਤੇ ਇਹਨਾਂ ਕਰਕੇ ਅਸੀਂ ਅੱਜ ਜਿਉਂਦੇ ਫਿਰਦੇ ਹਾਂ ਕਿਉਂਕਿ ਇਹਨਾਂ ਨੇ ਸਾਨੂੰ ਆਕਸੀਜਨ ਦੇਣੀ ਹੈ ਕਹਾਂਗੇ ਇਹ ਕਿ ਪੰਜਾਬ ਦੇ ਵਿੱਚ ਇਹ ਬਹੁਤ ਸਾਰੇ ਜੰਗਲ ਹੋਣੇ ਚਾਹੀਦੇ ਆ ਇਸ ਤਰੀਕੇ ਨਾਲ ਹੀ ਭਾਵੇਂ ਸਿੱਧੇ ਤਰੀਕੇ ਦੇ ਨਾਲ ਜਾਂ ਸਿੱਧੇ ਤਰੀਕੇ ਦੇ ਨਾਲ ਮਾਨਤਾ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਦਾ ਵਾਤਾਵਰਣ ਵਧੀਆ ਹੋ ਸਕੇ ਗੱਲਬਾਤ ਇੱਕ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਇਸੇ ਪਿੰਡ ਦੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਉਹ ਇਸ ਜੰਗਲ ਦੇ ਰਹੱਸ ਬਾਰੇ ਕੀ ਕਹਿੰਦੇ ਆ ਕਿਵੇਂ ਪਿੰਡ ਦੇ ਲੋਕ ਇਹ ਜੰਗਲ ਨੂੰ ਪੁੱਜਦੇ ਆ ਗੱਲਬਾਤ ਉਹ ਮਾਤਾ ਜੀ ਕੋਲ ਨਾਲ ਕਰ ਲੈਣੇ ਜਿਹੜਾ ਇਹ ਮੇਰੇ ਪਿੱਛੇ ਤੁਸੀਂ ਖੂਹ ਦੇਖ ਰਹੇ ਹੋ ਨਾ ਇਹ ਖੂਹ ਉਹ ਹੈ ਇੱਕ ਕਿਸਾਨ ਦਾ ਖੂਹ ਸੀਗਾ ਜਿਵੇਂ ਪਿੰਡ ਦੇ ਵਿੱਚ ਮਾਨਤਾ ਨਾ ਕਿ ਜਿੱਥੇ ਤੱਕ ਵੀ ਇਹ ਜੰਗਲ ਆਉਂਦਾ ਹੈ ਤਾਂ ਉੱਥੇ ਤੱਕ ਜ਼ਮੀਨ ਛੱਡਣੀ ਵੀ ਪੈਂਦੀ ਹੈ ਤਾਂ ਇਹ ਉਹ ਜੰਗਲ ਹੈ ਕਿਸਾਨ ਦਾ ਇਹ ਕਿਸਾਨ ਦੇ ਜੰਗਲ ਦੇ ਖੂਹ ਦੇ ਵਿੱਚ ਜੰਗਲ ਆ ਗਿਆ ਖੇਤ ਦੇ ਵਿੱਚ ਜੰਗਲ ਆ ਗਿਆ ਤਾਂ ਕਿਸਾਨ ਨੇ ਆਪਣਾ ਖੂ ਵੀ ਛੱਡਿਆ ਆਪਣੀ ਜ਼ਮੀਨ ਵੀ ਛੱਡੀ ਤੇ ਫਿਰ ਇਹ ਜੰਗਲ ਨੂੰ ਅੱਗੇ ਵਧਣ ਦਿੱਤਾ ਇਹ ਤਸਵੀਰਾਂ ਦੇਖ ਲਿਓ ਇੱਕ ਵਾਰ ਕਿ ਦਰਖਤ ਹੈ ਜਿਹੜਾ ਇਹ ਸਾਰਾ ਖੇਤ ਦੇ ਵਿੱਚ ਆਇਆ ਹੋਇਆ ਹੈ ਕਿ ਕਿਸਾਨ ਦੇ ਖੂ ਵੀ ਇੱਥੇ ਨਜ਼ਰ ਹੈ ਇਹ ਇੱਕ ਮਿਸਾਲ ਹੈ ਕਿ ਕਿਵੇਂ ਲੋਕ ਆਪਣੀ ਜ਼ਮੀਨ ਹੈ ਜਿਹੜੀ ਛੱਡ ਰਹੇ ਆ ਸਾਡੇ ਨਾਲ ਮਾਤਾ ਜੀ ਖੜੇ ਆ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਤੇ ਮਾਤਾ ਜੀ ਇਹ ਪਿੰਡ ਦਾ ਜੰਗਲ ਬਣਿਆ ਹੋਇਆ ਪਿੰਡ ਦੇ ਵਿੱਚ ਬਹੁਤ ਵੱਡੀ ਵੀੜ ਹੈ ਇਹ ਤੇ ਇਦੀ ਮਾਨਤਾ ਕਿਵੇਂ ਹੋਣ ਲੱਗੀ ਇੱਕ ਸਾਧ ਵਾਲੀ ਗੱਲ ਵੀ ਜਿਹੜਾ ਗੱਲ ਜੁੜੀ ਹੋਈ ਆ ਉਹ ਜ਼ਰੂਰ ਦੱਸਿਓ ਕਿ ਕਿਵੇਂ ਸਾਧ ਨੇ ਇੱਕ ਭਪੂਤੀ ਦਿੱਤੀ ਤੇ ਭਪੂਤੀ ਦਾ ਹੀ ਅਸਰ ਹੈ ਕਿ ਇਹ ਆਲੇ-ਦੁਆਲੇ ਜੰਗਲ ਫੈਲ ਗਿਆ ਇਹ ਇਹੀ ਸੁਣਦੇ ਆ ਬੇਟਾ ਅਸੀਂ ਵੀ ਕਿਸੇ ਟਾਈਮ ਦੇ ਵਿੱਚ ਕੋਈ ਸਾਧੂ ਬੈਠੇ ਸੀ ਘੇਰੇ ਉਹ ਕੋਈ ਜ਼ਿਮੀਂਦਾਰ ਇੱਥੇ ਬਾਹਰ ਆਉਂਦਾ ਸੀ ਆਪਣੇ ਖੇਤਾਂ ਦੇ ਵਿੱਚ ਉਹ ਲੱਗਿਆ ਕਹਿਣ ਵੀ ਉੱਥੇ ਸਾਧੂ ਬੈਠੇ ਆਉਣੇ ਘਰ ਵਾਲੀ ਨੂੰ ਵੀ ਤੂੰ ਆਪਣੇ ਕੋਲ ਬੱਚਾ ਨਹੀਂ ਹੈਗਾ ਉਹ ਆਣ ਕੇ ਉਹਨਾਂ ਨੂੰ ਸਾਧੂ ਨੂੰ ਪੁੱਛ ਚਲ ਉਹ ਆ ਗਈ ਵਿਚਾਰੀ ਫਾਨੀ ਚੋਰੀ ਤੇ ਆਈ ਪਤਾ ਨਹੀਂ ਉਹ ਅੰਕਰ ਵਾਲੇ ਦੇ ਕਹੇ ਤੇ ਆਈ ਉਹ ਸਾਧੂ ਨੇ ਪ੍ਰਭੂ ਉੱਤੇ ਦਿੱ ਚੱਕੇ ਧੂਣੇ ਵਿੱਚੋਂ ਉਹ ਫਿਰ ਉਹਨਾਂ ਨੇ ਬੰਦੇ ਨਾਲ ਕਿਹਾ ਕਹਿੰਦੀ ਇਹ ਬਾਬਾ ਜੀ ਨੇ ਮੰਤਾ ਪ੍ਰਭੂਤ ਦਿੱਤੀ ਹੈ ਉਹ ਕਹਿੰਦਾ ਮੈਂ ਤਾਂ ਕਿਹਾ ਬਾਬਾ ਜੀ ਹੋਰੇ ਕੁਝ ਦਊਗਾ ਕਹਿੰਦਾ ਇਹਨਾਂ ਦੇ ਸਵਾਦੀਆਂ ਝੁਟਕੀਆਂ ਤੇ ਕੋਈ ਬੱਚੇ ਹੋਣ ਲੱਗੇ ਆਂਗੇ ਕਹਿੰਦਾ ਤਾਂ ਜਾ ਉੱਥੀ ਤੇ ਆ ਕਹਿੰਦੀ ਫਿਰ ਤੂੰ ਹੀ ਲੈ ਜਾ ਮੈਂ ਨਹੀਂ ਜਾਂਦੀ ਹੈਂਗੀ ਬਸ ਇਹ ਸੁਣਦੇ ਆ ਨਾ ਇਹ ਗੱਲ ਸਾਨੂੰ ਪਤਾ ਕੋਈ ਨਹੀਂ ਹੈਗਾ ਅੱਗੇ ਤੇ ਅੱਗੇ ਸੁਣਦੇ ਆ ਰਹੇ ਹਾਂਗੇ ਕਹਿੰਦੇ ਉਹ ਭੂਤ ਇੱਥੇ ਤੂਣੇ ਦੇ ਵਿੱਚੇ ਸੱਟ ਗਿਆ ਕਹਿੰਨਾ ਕਹਿੰਦੇ ਥੋੜੀ ਦੇਰ ਪਿਛੇ ਕੋਈ ਸਾਧੂ ਆਇਆ ਉਹ ਸਾਧੂ ਆਣ ਕੇ ਪੁੱਛਣ ਲੱਗੇ ਭਾਈ ਤੁਹਾਡੇ ਘਰ ਕੋਈ ਰੌਲਾ ਗੋਲਾ ਨਹੀਂ ਸੁਣਦਾ ਬੱਚਾ ਨਹੀਂ ਹੈ ਕੋਈ ਉਹ ਕਹਿੰਦੇ ਨਾ ਜੀ ਸਾਡੇ ਘਰਾਂ ਕੋਈ ਬੱਚਾ ਨਹੀਂ ਹੈਗਾ ਕਹਿੰਦੇ ਫੇਰ ਤੁਹਾਨੂੰ ਕਿਸੇ ਸਾਧੂ ਨੇ ਕੁਝ ਦਿਆ ਵੀ ਥਾ ਕਹਿੰਨਾ ਹਾਂ ਜੀ ਭੂਤ ਦਿੱਤਾ ਸੀ ਹਾਂ ਸਾਨੂੰ ਕਹਿੰਦੇ ਕਹਿੰਦੇ ਅਸੀਂ ਵਿਸ਼ਵਾਸ ਨਹੀਂ ਕੀਤਾ ਉਹਦੇ ਤੇ ਅਸੀਂ ਤੂਣੇ ਦੇ ਵਿੱਚੇ ਸਿੱਟਿਆ ਹੀ ਕਹਿੰਦਾ ਫਿਰ ਆ ਉੱਥੇ ਕਹਿੰਦਾ ਕੁਛ ਦੇਖੀ ਆਪਾਂ ਕੁਛ ਉਹ ਧੂਨੇ ਦੇ ਵਿੱਚ ਕਹਿੰਦੇ ਫਿਰ ਉੱਗੀ ਹੋਈ ਸੀ ਇਹ ਅੱਛਾ ਇਹ ਪੇੜ ਉੱਗਿਆ ਹੋਇਆ ਸੀ ਧੂਨੇ ਦੇ ਵਿੱਚ ਕਹਿੰਦੇ ਕਹਿੰਦਾ ਵੀ ਇਸ ਤਰ੍ਹਾਂ ਤੇਰਾ ਪਰਿਵਾਰ ਵਧਣਾ ਤਾਂ ਭਾਈ ਇਹ ਦੇਖੀ ਇਹ ਯੁੱਗੋ ਯੁੱਗ ਪਤਾ ਨਹੀਂ ਕਿੰਨੇ ਕ ਦੇਰ ਰਹਿਣੀ ਹੈਗੀ ਇਸ ਤਰ੍ਹਾਂ ਤੇਰਾ ਪਰਿਵਾਰ ਵਧਣਾ ਤਾਂ ਜਿਸ ਤਰ੍ਹਾਂ ਇਹ ਵਧੂਗੀ ਹਾਂ ਅੱਛਾ ਜੀ ਮਤਾ ਜੀ ਇਹ ਇਹ ਇਦਾਂ ਵਧਦਾ ਜਿਵੇਂ ਇਹਦੇ ਪੈਰ ਹੁੰਦੇ ਆ ਅੱਗੇ ਦੀ ਅੱਗੇ ਅੱਗੇ ਪੈਰੇ ਦੇਖਦੇ ਕਹਿੰਦੇ ਜੜਾ ਲੱਗ ਰਹੀਆਂ ਪੈਰੇ ਸਮਝ ਲਓ ਹਾਂ ਇਹਦੇ ਅੱਗੇ ਥੋੜੀਏ ਗਿਰਦੇ ਆਗੇ ਏ ਗਰਦੇ ਆ ਥੱਲੇ। ਤੇਰੇ ਅੱਗੇ ਮੋਟਾ ਇਹ ਕੱਲ ਵੀ ਦੱਸੂ ਕਿ ਜੇਕਰ ਕੋਈ ਇੱਥੇ ਪੱਤਾ ਤੋੜ ਲੈਂਦਾ ਨਾ ਉਹਦੇ ਨਾਲ ਵੀ ਬਰਾ ਹੁੰਦਾ ਉਹਦੀ ਵੀ ਮੌਤ ਹੋ ਜਾਂਦੀ। ਇਹ ਗੱਲਾਂ ਵੀ ਪਿੰਡ ਵਾਲੇ ਦੱਸਦੇ ਆ। ਪੱਤਾ ਨਾ ਬੇਟੇ ਕੋਈ ਬੱਚਾ ਹੂੰ ਕੋਈ ਚੱਲ ਮੜਾ ਮੋਟਾ ਖੇਡਦਾ ਉਹਦਾ ਕੋਈ ਗੱਲ ਨਹੀਂ ਹੈਗੀ। ਉਹ ਕੁਛ ਨਹੀਂ ਹੁੰਦਾ ਹੈਗਾ। ਐਡਾ ਨਹੀਂ ਹੈਗਾ। ਇਹ ਕੋਈ ਮੱਥ ਕੇ ਹੀ ਜੇ ਕੋਈ ਨਾ ਕਰੇ ਆਪਣੇ ਦਿਲ ਵਿੱਚ ਧਾਰ ਕੇ ਕੱਟਣੀ ਹੋएगी ਉਹਦੇ ਨਾਲ ਨੁਕਸਾਨ ਹੁੰਦਾ ਹੈ। ਅੱਛਾ ਕੋਈ ਹੋਇਆ ਵੀ ਸੀ ਪਿੰਡ ਦੇ ਵਿੱਚ ਪਹਿਲਾਂ? ਹੋਏ ਹੋਏ। ਅੱਛਾ ਇਹ ਗੱਲ ਵੀ ਦੱਸਦੇ ਮਾਤਾ ਜੀ ਕਿ ਉਹਨੇ ਕੱਟਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਬੰਦੇ ਦੀ ਮੌਤ ਹੋਈ ਹੈ ਹਾਂ ਹਾਂ ਐਕਸੀਡੈਂਟ ਹੋਇਆ ਸੀ ਹਾਂ ਐਕਸੀਡੈਂਟ ਹੋਇਆ ਤਾਂ ਮੇਤੋਂ ਹੀ ਮੇਤੋਂ ਹੀ ਲੈ ਕੇ ਆਇਆ ਤਾਂ ਹਥਿਆਰ ਕੱਟਣ ਵਾਸਤੇ ਅਸੀਂ ਬਾਹਰ ਹੀ ਰਹਨੇ ਬਹੁਤ ਤੁਹਾਨੂੰ ਦੱਸਿਆ ਸੀ ਉਹਨੇ ਕਿ ਮੈਂ ਜੰਗਲ ਕੱਟਣ ਚੱਲਿਆ ਨਾ ਮੈਂ ਆਣ ਕੇ ਟੋਕੇ ਆ ਉਹ ਮੈਂ ਕਿਹਾ ਵੀ ਨਹੀਂ ਤੈ ਬੇਟੇ ਆ ਕੰਮ ਨਹੀਂ ਕਰਨਾ ਹੈਗਾ ਇਹ ਬਾਬਾ ਜੀ ਦੇ ਅੰਗ ਪੈ ਰਹੇ ਕਹਿੰਦਾ ਮੈਂ ਕਿਹੜੇ ਘਰ ਲੈ ਜਾਣੇ ਮੈਂ ਇੱਥੇ ਸਿੱਟ ਦੇਣੇ ਹੈਗੇ ਕਹਿੰਦਾ ਬਾਪੇ ਦੇ ਥੱਲੇ ਹੀ ਸਿੱਟ ਦੇਣੇ ਕਹਿੰਦਾ ਮੈਂ ਯਾਨੀ ਜਿੱਦੇ ਦੇ ਵਿੱਚ ਕੜੀ ਦੇ ਵਿੱਚ ਕੰਮ ਇੱਕ ਇੱਕ ਮਹੀਨਾ ਨਹੀਂ ਪਿਆ ਹੈਗਾ ਅੱਛਾ ਉਹਦੀ ਹਾਲਾਤ ਵੀ ਨਹੀਂ ਦੇਖਣ ਯੋਗੀ ਨਜ਼ਰ ਆਹੀ ਸੀ ਵਿਚਾਰੇ ਦੀ ਅੱਛਾ ਤੇ ਮਾਤਾ ਜੀ ਕਿੰਨੀ ਕਮਾਨਤਾ ਹੁੰਦੀ ਹੈ ਉਥੇ ਪਹਿਲਾਂ ਵੀ ਹੋਇਆ ਇੱਕ ਦੋ ਨੁਕਸਾਨ ਉਹ ਕੱਲੇ ਦਾ ਨਹੀਂ ਪਹਿਲਾਂ ਵੀ ਹੋਇਆ ਉਥੇ ਇੱਕ ਦੋ ਨੁਕਸਾਨ ਅੱਛਾ ਹੂੰ ਤੇ ਇਹ ਮਾਨਤਾ ਇੱਥੋਂ ਦੀ ਕਿੰਨੀ ਕ ਹੁੰਦੀ ਹੈ ਨੇੜੇ ਦੇ ਪਿੰਡ ਵੀ ਆਉਂਦੇ ਇੱਥੇ ਮਾਨਤਾ ਤਾਂ ਬਥੇਰੀ ਹੁੰਦੀ ਹੈਗੀ ਮਾਨਤਾ ਤਾਂ ਬਹੁਤ ਜ਼ਿਆਦਾ ਹੈਗੀ ਅੱਛਾ ਜੀ ਮਾਤਾ ਜੀ ਜੇ ਮੈਂ ਹੋਰ ਗੱਲ ਕਰਾਂ ਕਿ ਫੈਲਿਆ ਕਿਨੇ ਏਕੜ ਦੇ ਵਿੱਚ ਹੋਇਆ ਦੱਸ ਤੇ ਇੱਕ 4 ਏਕੜ ਦੇ ਵਿੱਚ ਫੈਲਦਾ ਤਾਂ 4-5 ਏਕੜ ਬੰਦਾ ਹੈਗਾ ਹੈਗਾ ਸਾਡੀਆਂ ਜ਼ਮੀਨਾਂ 4-5 ਘਰਾਂ ਦੀਆਂ ਅੱਛਾ ਤੁਹਾਡੀਆਂ ਜ਼ਮੀਨਾਂ ਦੇ ਆਲੇ-ਦੁਆਲੇ ਨੇ ਨੇੜੀ ਨਹੀਂ ਜਾਂ ਇਹ ਜਮੀਨ ਵੀ ਤੁਹਾਡੀ ਹੈ ਇਹ ਜਮੀਨ ਸਾਡੀ ਉਥੇ ਫਿਰ ਛੱਡਤੀ ਏ ਕੀ ਕਰੀਏ ਫਿਰ ਛੱਡਣੀ ਪੈਂਦੀ ਹੈ ਬੇਟੇ ਅੱਛਾ ਤੇ ਤੁਹਾਡਾ ਪਰਿਵਾਰ ਵੀ ਇੰਹੀਂ ਵੱਧ ਫੁੱਲ ਰਿਹਾ ਜਿਵੇਂ ਜੰਗਲਪਰ ਹੋ ਰੇ ਸਾਡੇ ਪਰਿਵਾਰ ਵਿੱਚੋਂ ਹੀ ਆਇਆ ਇਹ ਬਾਬਾ ਜੀ ਅੱਛਾ ਇਹ ਦੇਵਰ ਲੱਗਦਾ ਮੇਰਾ ਹਾਂ ਤੇ ਜਣੀ ਇਹ ਤੁਹਾਡਾ ਪਰਿਵਾਰ ਹੀ ਐ ਜਿਨ੍ਹਾਂ ਦੀ ਇਹ ਜ਼ਮੀਨ ਐ ਤੇ ਤੁਹਾਡਾ ਪਰਿਵਾਰ ਵੀ ਅੱਗੇ ਦੀ ਅੱਗੇ ਇਸ ਤਰੀਕੇ ਨਾਲ ਵਧ ਰਿਹਾ ਵਧ ਰਿਹਾ ਜੀ ਮਾਤਾ ਜੀ ਮੈਂ ਹੋਰ ਗੱਲ ਕਰਾਂ ਕਿ ਤੁਹਾਨੂੰ ਹੋਰ ਲੋਕਾਂ ਦੇ ਫੋਨ ਆਉਂਦੇ ਹੁੰਦੇ ਕਿ ਅਸੀਂ ਇਹ ਜੰਗਲ ਦੇਖਣ ਆਉਣਾ ਕਿਉਂਕਿ ਪਿੰਡ ਦੇ ਵਿੱਚ ਅਕਸਰ ਜਦੋਂ ਗੱਲ ਚੱਲਦੀ ਹੋਊਗੀ ਤਾਂ ਪਿੰਡ ਦੇ ਲੋਕ ਦੱਸਦੇ ਹੋਣਗੇ ਕਿ ਸਾਨੂੰ ਦੂਰੋਂ ਦੂਰੋਂ ਫੋਨ ਆਉਂਦੇ ਕੋਈ ਵੀਡੀਓ ਦੇਖਦਾ ਜਾਂ ਕੋਈ ਰਿਸ਼ਤੇਦਾਰ ਉਹ ਕਹਿੰਦਾ ਐ ਦੱਸਦਾ ਆਏਗਾ ਅੱਛਾ ਵੀ ਤੁਹਾਡੇ ਆਉਣੇਗੇ ਨਿਊਜ਼ ਵਾਲੇ ਆਉਣੇਗੇ ਇਸਕੇ ਵੀ ਹਾਂ ਆਉਣੇ ਬਹੁਤ ਕਹਿੰਦੇ ਅਸੀਂ ਵੀ ਵੀਡੀਓ ਦੇਖੀ ਸੀ ਅਸੀਂ ਦੇਖਣ ਆਵਾਂਗੇ ਉਹਨੇ ਲੋਕ ਫਿਰ ਦੇਖਣ ਮੈਂ ਤਾਂ ਹੀ ਮੰਨਦੇ ਹਾਂ ਕਿ ਜੇਕਰ ਇੱਥੇ ਇਹ ਗੱਲ ਨਾ ਹੋਈ ਹੁੰਦੀ ਨਾ ਗੱਲ ਪਰਫਲ ਹੋ ਹੁੰਦੀ ਤਾਂ ਲੋਕ ਅੱਜ ਵੀ ਇਧਰ ਆਕਤ ਨੂੰ ਵੱਢਣ ਲੱਗ ਜਾਂਦੇ ਲੱਗ ਜਾਂਦੇ ਕੱਟਣ ਲੱਗ ਜਾਂਦੇ ਹਾਂ ਹਾਂ ਜੇ ਨਾ ਕਿਸੇ ਨਾਲ ਕੋਈ ਹੋਈ ਹੁੰਦੀ ਨਾ ਇੱਥੇ ਪਾਣਾ ਵਾਪਰਦਾ ਕੱਟ ਦੰਦੇ ਜ਼ਮੀਨਾਂ ਛੱਡਦੇ ਇੱਕ ਇੱਕ ਮਰਲਾ ਵੀ ਨਹੀਂ ਕੋਈ ਛੱਡਦਾ ਹੈਗਾ ਪਰ ਇਖਤਿਦ ਮੱਤਾ ਜੀ ਜ਼ਮੀਨ ਬਹੁਤ ਆਲੇ ਦੁਆਲੇ ਛੱਡੀ ਪਈ ਆ ਜਿਵੇਂ ਜਿਵੇਂ ਦਰਖਤ ਵੱਧਦਾ ਹੈ ਕਹਿੰਦੇ ਜੇ ਇਹ ਪਿੰਡ ਵਾਲੇ ਮੈਨੂੰ ਇਹ ਗੱਲ ਵੀ ਦੱਸਦੇ ਸੀ ਕਿ ਜਿਵੇਂ ਇਹ ਕਿਸੇ ਖੇਤ ਦੇ ਵਿੱਚ ਪੈਰ ਪਾਉਂਦਾ ਹੈ ਜਾਨੀ ਇਹਦੀ ਜੜ ਜਾਂਦੀ ਹੈ ਤਾਂ ਪਿੰਡ ਖੇਤ ਵਾਲਾ ਆਪਣੀ ਜ਼ਮੀਨ ਛੱਡ ਦਿੰਦਾ ਛੱਡ ਰਹੇ ਆ ਅਸੀਂ ਛੱਡ ਤਾਂ ਹੈ ਤੇ ਮੰਨਦੇ ਜੀ ਵਿੱਚ ਕੋਈ ਅਦਾਸੀ ਤਾਂ ਨਹੀਂ ਹੁੰਦੀ ਕਿ ਯਾਰ ਜ਼ਮੀਨ ਛੱਡਣੀ ਪੈਗੀ ਸਾਡੇ ਖੇਚ ਆ ਗਏ ਨਹੀਂ ਕੋਈ ਅਦਾਸੀ ਨਹੀਂ ਹੁੰਦੀ ਉਹ ਹਜੇ ਆਪ ਜਿਆਦਾ ਦੇ ਰਿਹਾ ਸਾਨੂੰ ਪਰਮਾਤਮਾ ਅੱਛਾ ਤੇ ਮਾਤਾ ਜੁਰੀ ਦੱਸਦੀ ਹੈ ਕਿ ਜੇਕਰ ਕੋਈ ਪੱਤਾ ਵੀ ਤੋੜ ਦੇਵੇ ਜਾਂ ਕੋਈ ਟਾਣੀ ਵੀ ਤੋੜ ਦੇ ਨਾੜੀ ਦੇ ਵਿੱਚ ਆ ਕੇ ਤਾਂ ਉਹਦੇ ਥੋੜੇ ਦਿਨ ਹੀ ਪੈਂਦੇ ਹੈ ਤੇ ਥੋੜੇ ਦਿਨ ਬਾਅਦ ਹੀ ਉਹਦੇ ਨਾਲ ਕੋਈ ਹਾਸਾ ਜਾਂ ਭਾਣਾ ਵਾਪਰਦਾ ਹੈ ਮੰਨਦੇ ਆ ਕਿ ਇਹ ਗੱਲ ਸਹੀ ਵੀ ਹੋ ਸਕਦੀ ਹੈ ਕਈ ਲੋਕ ਸਵਾਲ ਵੀ ਉਠਾਉਂਦੇ ਪਰ ਇਹ ਸਵਾਲ ਉਠਾਉਣੇ ਵੀ ਸਹੀ ਨਹੀਂ ਉਹਨਾਂ ਦੇ ਕਿਤੇ ਨਾ ਕਿਤੇ ਪਰ ਇਹ ਗੱਲ ਤਾਂ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਹੀ ਜੰਗਲ ਲਗਾਏ ਜਾਣ ਜਾਂ ਪੌਦੇ ਲਗਾਏ ਜਾਣਾ ਤਾਂ ਪੰਜਾਬ ਦਾ ਵਾਤਾਵਰਨ ਬਹੁਤ ਵਧੀਆ ਤਰੀਕੇ ਨਾਲ ਸੁਧਰ ਸਕਦਾ ਹੈ ਹੋਰ ਗੱਲਬਾਤ ਕਰ ਲੈਣੇ ਮਾਤਾ ਜੀ ਨਾਲ ਮਾਤਾ ਜੀ ਕੋਈ ਹੋਰ ਕਿੱਸਾ ਹੈਗਾ ਇੱਥੇ ਪਿੰਡ ਦਾ ਇਹ ਜੰਗਲ ਦੇ ਨਾਲ ਜੁੜਿਆ ਹੋਇਆ ਹੋਰ ਕੋਈ ਕਿੱਸਾ ਨਹੀਂ ਹੈ ਬੇਟੇ ਨਾ ਅੱਛਾ ਤੇ ਮੈਨੂੰ ਇੱਕ ਇਹ ਗੱਲ ਦੱਸੋ ਕਿ ਇੱਥੇ ਕੱਲੇ ਆ ਜਿਹੜਾ ਅਸੀਂ ਉੱਤੇ ਬੋਰਡ ਦੇਖ ਰਹੇ ਹਾਂ ਇਹ ਬੋਰਡ ਹੀ ਹੈ ਜਾਂ ਹੋਰ ਵੀ ਅਲੱਗ-ਅਲੱਗ ਦਰਖਤ ਨੇ ਇੱਥੇ ਨਹੀਂ ਅਲੱਗ-ਅਲੱਗ ਵੀ ਹੋਣਗੇ ਇਹ ਫਿਰ ਕਟਵਾ ਦਨੇਗੇ ਬਾਬਾ ਜੀ ਅੱਛਾ ਬੇਚ ਬੂਚ ਦੰਨ ਇੱਥੇ ਮਤਲਬ ਜੀ ਲੱਕੜ ਬਣ ਜੰਨੇ ਆ ਇੱਥੇ ਲੱਕੜਾਂ ਪਈਆਂ ਨੇ ਉਹ ਦੂਸਰੇ ਪਾਸੇ ਤੇ ਤੁਸੀਂ ਕਹਿ ਰਹੇ ਹੋ ਕਿ ਲੱਕੜਾਂ ਕੱਟੀਆਂ ਨਹੀਂ ਜਾਂਦੀਆਂ ਜਾਂ ਜਿਹੜੀਆਂ ਇੱਥੇ ਲੱਕੜਾਂ ਕੱਟੀਆਂ ਜਾਂਦੀਆਂ ਨੇ ਉਹ ਇੱਥੇ ਰੱਖੀਆਂ ਜਾਂਦੀਆਂ ਨੇ ਉਹ ਲੱਕੜਾਂ ਇਹ ਬਾਹਰ ਨਹੀਂ ਬੇਟੇ ਕੋਈ ਲਿਜਾ ਸਕਦਾ ਹੈਗਾ ਅੱਛਾ ਇਹ ਲੱਕੜਾਂ ਇੱਥੇ ਕੋਈ ਭੰਡਾਰੀ ਭਨੂਰੇ ਵਗੈਰੇ ਹੋ ਜੰਨੇ ਨਾ ਹੁੰਨੇ ਉਹਨਾਂ ਦੇ ਵਿੱਚ ਜਾਂ ਧੂਣੇ ਦੇ ਵਿੱਚ ਜਲਾਈ ਜਾਂਦੀ ਹੈ ਅੱਛਾ ਉਹ ਵੀ ਫਿਰ ਅਰਦਾਸ ਕਰਕੇ ਜਾਂ ਬੇਨਤੀ ਕਰਕੇ ਫਿਰ ਕੱਟਿਆ ਜਾਂਦਾ ਹੈ ਇਹ ਨਹੀਂ ਕੱਟਦੇ ਤਾਂ ਨਹੀਂ ਇਹ ਦੇਖ ਇਹ ਸੁੱਕ ਸੁੱਕ ਕੇ ਗਰੇ ਹੋਏ ਜਿਹੜੇ ਕੱਟ ਕੇ ਨਹੀਂ ਇਹ ਸੁੱਕੇ ਹੋਏ ਗਰੀ ਹੋਈ ਹੈ ਜਿਹੜੀ ਇਹ ਇਹ ਹੀ ਅੰਦਰ ਵਰਤੋਂ ਚ ਆਉਂਦੀ ਹੈਗੀ ਨਹੀਂ ਗਿੱਲੀ ਨਹੀਂ ਕੱਟ ਸਕਦੇ ਹਾਂਗੇ ਨਾ ਇਹ ਸਾਧ ਵੀ ਨਹੀਂ ਕੱਟ ਸਕਦੇ ਬਾਬਾ ਬਾਬੇ ਵੀ ਨਹੀਂ ਕੱਟ ਸਕਦੇ ਹਾਂਗੇ ਸੋ ਇਹ ਬਹੁਤ ਰਿਹਸਮਈ ਗੱਲ ਹੈ ਇਹ ਪਿੰਡ ਜੰਗਲ ਚੋਲਟੀ ਖੇੜੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਇਹ ਪਿੰਡ ਪੈਂਦਾ ਹੈ ਤੇ ਉਥੇ ਇਹ ਜੰਗਲਚਾਰ ਏਕੜ ਦੇ ਵਿੱਚ ਫੈਲਿਆ ਹੋਇਆ। ਕਹਿਣਾ ਇਹ ਚਾਹਾਂਗੇ ਕਿ ਪੰਜਾਬ ਦੇ ਵਿੱਚ ਐਸੇ ਜੰਗਲ ਹੋਣੇ ਚਾਹੀਦੇ ਆ ਤਾਂ ਕਿ ਪੰਜਾਬ ਦਾ ਵਾਤਾਵਰਨ ਸੁਧਰ ਸਕੇ। ਅਸੀਂ ਮੰਨਦੇ ਆ ਕਿ ਜੰਗਲਾਂ ਦੀ ਮਾਨਤਾ ਭਾਵੇਂ ਸਿੱਧੇ ਤਰੀਕੇ ਨਾਲ ਹੋਵੇ ਜਾਂ ਸਿੱਧੇ ਤਰੀਕੇ ਨਾਲ ਹੋਵੇ ਪਰ ਪੰਜਾਬ ਦੇ ਵਾਤਾਵਰਨ ਦੇ ਲਈ ਸਾਡੇ ਦਰਖਤ ਤੇ ਸਾਡੇ ਜੰਗਲ ਬਹੁਤ ਮਹੱਤਵਪੂਰਨ ਨੇ ਸਾਡੀ ਮਨੁੱਖਤਾ ਦੇ ਲਈ। ਉਮੀਦ ਹੈ ਗੱਲਬਾਤ ਪਸੰਦ ਆਈ ਹੋਊਗੀ। ਜੁੜੇ ਰਹੋ ਸਫਰ ਟੀਵੀ ਦੇ ਨਾਲ। ਬਹੁਤ-ਬਹੁਤ ਧੰਨਵਾਦ।